ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਾਹਿਬ ਜੀਓ ਸੁਖਾਰੀ ਮਹਲਾ 4 ਹਰ ਹਰ ਅਗੰਮ ਅਗਾਧ ਅਪਰੰਪਰ ਅਪਰ ਪਰਾ ਜੋ ਤੁਮ ਧਿਆਵੈ ਜਗਦੀਸ਼ ਤੇਜਨ ਭਉ ਬਖ ਮਤਰਾ ਹਰ ਹਰ ਅਗੰਮ ਅਗਾਧ ਅਪਰੰਪਰ ਅਪਰ ਪਰਾ ਜੋ ਤੁਮ ਧਿਆਵੈ ਜਗਦੀਸ਼ ਤੇਜਨ ਭਉ ਬਿਕਮ ਤਰਾ ਬਿਕਮ ਭਉ ਤਿੰਨ ਤਰਿਆ ਸੁਹੇਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਗੁਰ ਜੋ ਪਾਏ ਚਲੇ ਤਿੰਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਤਰਨੀ ਤਰਾ ਹਰ ਹਰ ਅਗੰਮ ਅਗਾਦ ਪਰੰਪਰ ਅਪਰ ਪਰਾ ਤੁਮ ਸੁਆਮੀ ਅਗੰਮ ਅਥਾ ਤੂੰ ਘਟ ਘਟ ਪੂਰ ਰਹਿਆ ਤੂੰ ਅਲਖ ਅਭੇਵ ਅਗੰਮ ਗੁਰ ਸਤ ਗੁਰ ਬਚਨ ਲਹਿਆ ਤਨ ਤਨ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿੰਖਿਨ ਹਰ ਨਿਤ ਚਵੇ ਜਾਂ ਬਹੈ ਗੁਰਮੁਖ ਹਰ ਨਾਮ ਬੋਲੈ ਜਾਂ ਖੜੇ ਗੁਰਮੁਖ ਹਰ ਹਰ ਕਹਿਆ ਤੁਮ ਸੁਆਮੀ ਆਗਮ ਅਥਾ ਤੂੰ ਕਟਕਟ ਪੂਰ ਰਹਿਆ ਸੇਵਕ ਜਨ ਸੇਵਹਿ ਤੇ ਪਰਵਾਣ ਜਿਨ ਸੇਵਿਆ ਗੁਰਮਤਿ ਹਰੇ ਤਿਨ ਕੇ ਕੋਟ ਸਭ ਪਾਪ ਖਿੰਨ ਪਰ ਹਰ ਹਰ ਦੂਰ ਕਰੇ ਤਿਨ ਕੇ ਪਾਪ ਦੋਖ ਸਭ ਬਿਨ ਸੇ ਜਿਨ ਮਨ ਚਿਤ ਇਕ ਆਰਾਧਿਆ ਤਿਨ ਕਾ ਜਨਮ ਸਫਲਿਓ ਸਭ ਕੀਆ ਕਰਤਾ ਜਿਨ ਗੁਰਬਚਨੀ ਸਚ ਭਾਖਿਆ ਏ ਤਨ ਜਨ ਵੱਡ ਪੁਰਖ ਪੂਰੇ ਜੋ ਗੁਰਮਤ ਹਰ ਜਪ ਭਉ ਬਖ ਮੰਤਰੇ ਸੇਵਕ ਜਨ ਸੇਵਹਿ ਤੇ ਪਰਵਾਨ ਜਿਨ ਸੇਵਿਆ ਗੁਰਮਤ ਹਰੇ ਤੂੰ ਅੰਤਰ ਜਾਮੀ ਹਰਿ ਆਪ ਜਿਉ ਤੂੰ ਚਲਾਵੇਂ ਪਿਆਰੇ ਹਉ ਤਿਵੇਂ ਚਲਾਂ ਹਮਰੇ ਹਾਥ ਕਿਛ ਨਾਹੈਂ ਜਾਂ ਤੂੰ ਮੇਲੈ ਤਾਂ ਹਉ ਆਏ ਮਿਲਾਂ ਜਿਨ ਕੋ ਤੂੰ ਹਰ ਮੇਲਹਿ ਸੁਆਮੀ ਸਭ ਦਿਨ ਕਾ ਲੇਖਾ ਛੁਟਕ ਗਿਆ ਦਿਨ ਕੀ ਗਣਤਨਾ ਕਰਿ ਹੋ ਕੋ ਪਹਾਈ ਜੋ ਗੁਰਬਚਨੀ ਹਰ ਮੇਲ ਲਿਆ ਨਾਨਕ ਦਇਆਲ ਹੁਆ ਤਿਨ ਉਪਰ ਜਿਨ ਗੁਰ ਕਾ ਪਾਣਾ ਮੰਨਿਆ ਭਲਾ ਤੂ ਅੰਤਰ ਜਾਮੀ ਹਰਿਆ ज्यों तू चलाव है प्यारे हौ हाँ तिवें चला तू अंतर जामी हरे आप ज्यों तू चलाव है प्यारे हौ हाँ तिमे चला वाहेगुरू जी का खालसा वाहेगुरू जी की फतेह <coughs> जुगो जुगो अटल ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ عظیم ਅਪਾਰ ਅਜ਼ਮਤ ਬਖਸ਼ਿਸ਼ ਪ੍ਰਭਾਤ ਸਮੇ ਅਸੀਂ ਸਤਸੰਗਤ ਦੇ ਪਲ ਮਾਣ ਪਾ ਰਹੇ ਹਾਂ ਸਾਡਾ ਜ਼ਮਾਤੀ ਨਿਤਨੇਮ ਅੱਜ ਆ ਕੀ ਵਾਰ ਅਜੇ ਹੁਣੇ ਸੰਪੂਰਨ ਹੋਈ ਹੈ ਹੁਣ ਸਮਾਂ ਗੁਰ ਸ਼ਬਦ ਵਿਵੇਚਨਾ ਦਾ ਹੈ ਜਿਸ ਵਿੱਚ ਜੋ ਸਿਲਸਿਲੇवार ਮੁਸਲਸਲ ਗੁਰਬਾਣੀ ਵਿਆਖਿਆਨ ਹੁੰਦਾ ਆ ਇਸ ਵਿੱਚ ਰਾਗ ਤੁਖਾਰੀ ਦੇ ਬਚਨ ਮਹਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਦੁਆਰਾ ਉਚਰਿਤ ਕੀਤੀ ਗਈ ਮੁਕਾਮੀ ਬਾਣੀ ਸਾਨੂੰ ਪ੍ਰਾਪਤ ਹੈ ਛੰਤ ਇਸ ਬਾਣੀ ਦਾ ਬੰਤਰ ਸਰੂਪਿਆ ਜਦੀ ਵਿਆਖਿਆ ਸੀ ਪਦਾ ਬਾ ਪਦਾ ਕਰ ਰਹੇ ਹਾਂ ਅੱਪ ਜੀ ਬੀਤੇ ਕੱਲ 2 ਨੰਬਰ ਬੰਦ ਦੀ ਵਿਚਾਰ ਸਰੂਤ ਪਾ ਰਹੇ ਸੀ ਇਸ ਪਾਵਨ ਪਦੇ ਦੀ ਤਕਰੀਰ ਅਸੀਂ ਦਰਮਿਆਨ ਹੀ ਜਿਸ ਨੂੰ ਪਾਜ਼ ਕੀਤਾ ਸੀਗਾ ਵਾਈਂਡ ਅਪ ਕੀਤਾ ਸੀ ਅੱਜ ਅਸੀਂ ਉੱਥੋਂ ਹੀ ਵਿਚਾਰ ਅੱਗੇ ਤੋਰਾਂਗੇ ਬ੍ਰਿਕ ਜਸਟ ਅਖਰੀ ਅਰਥ ਤੱਕ ਇਹ ਪਦੇ ਨੂੰ ਸੀ ਸਮੁੱਚੇ ਰੂਪ ਵਿੱਚ ਆਪਣੀ ਸੁਰਤ ਵਿੱਚ ਅਮਾ ਸਕੀਏ ਸਾਬਦ ਜ਼ਿਕਰ ਕਰ ਰਹੇ ਸੀ ਤੂੰ ਸੁਆਮੀ ਅਗਮ ਅਥਾ ਤੂੰ ਘਟ ਘਟ ਪੂਰ ਰਹਾ ਤੂੰ ਵੈਗਰੂ ਨੂੰ ਕਿਆ ਜਾ ਰਿਹਾ ਤੇ ਤੂੰ ਜਦੋਂ ਸੀ ਅੰਗਰੇਜ਼ੀ ਭਾਸ਼ਾ ਚ ਪਾਰਟ ਆਫ ਸਪੀਚ ਕਹਿੰਨੇ ਆ ਸੁਣੋ ਅਸੀਂ ਜੇ ਆਪ ਆਪਣੇ ਤੌਰ ਤੇ ਸਮਝਣਾ ਹੋਏ ਤੇ ਗੱਲਬਾਤ ਤੇ ਲਹਿਜ਼ੇ ਦੇ ਅੰਦਰ ਜਿਹੜੀ ਤਿੰਨ ਬਾਚੀ ਸਾਡੀ ਗੱਲ ਹੁੰਦੀ ਆ ਉਨਸੀ ਕਹਿੰਦੇ ਆ ਕਿ ਫਸਟ ਪਰਸਨ ਐਡਰੈਸਿੰਗ ਸਟਾਈਲ ਸੈਕੰਡ ਪਰਸਨ ਐਡਰੈਸਿੰਗ ਸਟਾਈਲ ਐਂਡ ਥਰਡ ਪਰਸਨ ਐਡਰੈਸਿੰਗ ਸਟਾਈਲ ਪ੍ਰਥਮਵਾਚੀ ਦਵितीयਵਾਚੀ ਤੇ ਤ੍ਰਿतीयਵਾਚੀ ਇਹ ਸਾਡੀ ਸਾਰੀ ਗੱਲਬਾਤ ਇਹਦੇ ਵਿੱਚ ਹੁੰਦੀ ਹੈ ਮੈਂ ਮੇਰੀ ਗੱਲ ਕਰਾਂ ਮੈਂ ਮੇਰੇ ਨਾਲ ਗੱਲ ਕਰਾਂ ਪ੍ਰਥਮਵਾਚੀ ਹੈ ਮੈਨੂੰ ਕੋਈ ਦੂਜਾ ਨਹੀਂ ਚਾਹੀਦਾ ਮੈਂ ਆਪਣੇ ਨਾਲ ਹੀ ਸੈਲਫ ਟਾਕ ਕਰ ਰਿਹਾ ਹਾਂ ਦਵितीय ਵਾਚੀ ਮੈਂ ਆਪਣੀ ਗੱਲ ਕਰਾਂ ਜਾਂ ਕੋਈ ਹੋਰ ਗੱਲ ਕਰਾਂ ਪਰ ਤੁਹਾਡੇ ਨਾਲ ਕਰਾਂ ਤੁਹਾਨੂੰ ਐਡਰੈਸ ਕਰਕੇ ਕਰਾਂ ਤੇ ਦਵितीय ਵਾਚੀ ਹੋਏਗੀ ਤੂੰ ਤੁਮ ਤੁਸੀਂ ਆਪ ਇਹ ਲਫ਼ਜ਼ ਆਉਣਗੇ ਦੇ ਵਿੱਚ ਤ੍ਰਿਤੀਆ ਵਾਚੀ ਮੈਂ ਕਿਸੇ ਤੀਜੇ ਬੰਦੇ ਦੀ ਗੱਲ ਕਰਾਂ ਉਹ ਉਸ ਉਹਨੇ ਉਹਦੀ ਗੱਲ ਹੋ ਰਹੀ ਹੁਣ ਉਹ ਹਾਜ਼ਰ ਨਹੀਂ ਗਏ تھے ਉਹ ਗੈਰ ਹਾਜ਼ਰ ਹੈ ਗੱਲ ਉਹਦੀ ਹੋ ਰਹੀ ਹੈ ਹੋ ਸਕਦਾ ਗੱਲ ਤੁਹਾਡੇ ਨਾਲ ਹੋ ਰਹੀ ਹੋਵੇ ਹੋ ਸਕਦਾ ਗੱਲ ਮੇਰੇ ਨਾਲ ਹੀ ਹੋ ਰਹੀ ਮੈਂ ਆਪਣੀ ਗੱਲ ਕਰਾਂ ਉਹਨੇ ਮੈਨੂੰ ਆਹ ਕਿਹਾ ਸੀਗਾ ਉਹ ਉੱਥੇ ਮੈਨੂੰ ਮਿਲਿਆ ਸੀਗਾ ਪਰ ਉਹ ਹਾਜ਼ਰ ਨਹੀਂਗਾ ਉਹ ਗੈਰ ਹਾਜ਼ਰ ਹੈ ਮੋਸਟਲੀ ਜਦੋਂ ਅਸੀਂ ਧਾਰਮਿਕ ਗ੍ਰੰਥਾਂ ਦਾ ਪਠਨ ਪਾਠਨ ਕਰਦੇ ਹਾਂ ਰੱਬ ਦੇ ਬਾਬਤ ਗੱਲ ਐਵੇਂ ਹੁੰਦੀ ਹੈ ਉਹ ਉਹਨੇ ਕਿਹਾ ਉਸਨੇ ਕਿਹਾ ਉਹ ਉੱਥੇ ਹੈ ਬਾਣੀ ਦੇ ਵਿੱਚ ਜ਼ਿਆਦਾਤਰ ਗੱਲ ਉਹ ਕਹਿ ਕੇ ਨਹੀਂ ਹੁੰਦੀ ਤੂੰ ਕਹਿ ਕੇ ਆਉਂਦੀ ਹੈ ਜਿੱਥੇ ਤੂੰ ਕਹਿ ਕੇ ਹੋਏਗੀ ਤੂੰ ਦਾ ਮਤਲਬ ਸਾਕਸ਼ਾਤ ਹੈ ਸਾਹਮਣੇ ਆ ਉਹਨੂੰ ਐਡਰੈਸ ਕੀਤਾ ਜਾ ਰਿਹਾ ਹੈ ਮੈਂ ਜੋ ਹਾਜ਼ਰ ਨਹੀਂ ਉਹਨੂੰ ਤੂੰ ਨਹੀਂ ਕਹਿ ਸਕਦਾ ਮੈਂ ਉਹਨੂੰ ਉਹੀ ਕਹਾਵਾਂਗਾ ਉਹਦੀ ਗੱਲ ਕਰ ਰਿਹਾ ਮੈਂ ਜਿਹੜਾ ਹਾਜ਼ਰ ਹੈ ਉਹਨੂੰ ਮੈਂ ਤੂੰ ਕਹਾਵਾਂਗਾ ਤੂੰ ਗੱਲ ਸੁਣ ਮੇਰੀ ਮੈਂ ਤੇਰੇ ਨਾਲ ਗੱਲ ਕਰ ਰਿਹਾ ਤੂੰ ਧਿਆਨ ਕਿਉਂ ਨਹੀਂ ਦਿੰਦਾ ਸੋ ਇਹ ਇਹ ਵੀ ਖਾਸਾ ਹੈ ਵਡਿਆਈ ਹੈ ਇਸ ਤਰ੍ਹਾਂ ਜਾਣੀਏ ਕਿ ਜਿਵੇਂ ਜਿਵੇਂ ਬਾਣੀ ਦੇ ਮਜ਼ਮੂਨ ਨੂੰ ਜੀਵਨ ਦੀ ਉਸਾਰੀ ਲਈ ਪੜਾਂਗੇ ਰੱਬੀ ਗੁਣਾਂ ਨੂੰ ਧਾਰਨ ਕਰਨ ਲਈ ਪੜਾਂਗੇ ਫਿਰ ਚੀਜ਼ਾਂ ਸਮਝ ਆਉਣਗੀਆਂ ਜੇ ਮੇਰੀ ਬਾਣੀ ਨਾਲ ਜਾਣ ਪਛਾਣ ਉਪਰੀ ਜੀ ਹੈ ਮੈਂ ਸੋਚਦਾ ਵੀ ਕਿਸੇ ਨੇ ਲਿਖੀ ਹੈ ਕਿਸੇ ਵਾਸਤੇ ਲਿਖੀ ਹੈ ਮੈਂ ਤੇ ਬਾਈ ਚਾਂਸ ਡੀਫਾਲਟ ਬਸ ਇਹਨੂੰ ਸੁਣ ਰਿਹਾ ਤੇ ਪੜ ਰਿਹਾ ਫਿਰ ਮੇਰੀ ਕੋਈ ਵਾਬਸਤਗੀ ਨਹੀਂ ਇਹਦੇ ਨਾਲ ਫਿਰ ਮੇਰਾ ਕੋਈ ਬਹੁਤਾ ਲੈਣ ਦੇਣ ਨਹੀਂ ਹੈ ਮੋਸਲੀ ਸਾਡੀ ਗੱਲਬਾਤ ਐਵੇਂ ਹੁੰਦੀ ਐ ਅਸੀਂ ਇਹੀ ਸੋਚਦੇ ਆ ਕਿ ਲੈ ਇਹ ਗੁਰੂ ਸਾਹਿਬ ਨੇ ਲਿਖੀ ਐ ਕਿਸੇ ਵਾਸਤੇ ਲਿਖੀ ਹੋਣੀ ਐ ਮੈਂ ਤਾਂ ਚਲੋ ਆਇਆ ਦੋ ਪੱਲ ਹੀ ਇੱਥੇ ਬੈਠਾ ਆ ਕਿਤੇ ਕੋਈ ਗੁਟਕਾ ਪੋਥੀ ਫੜੀ ਪੜ੍ਹ ਲਈ ਬਾਣੀ ਚ ਐਵੇਂ ਲਿਖਿਆ ਐਵੇਂ ਲਿਖਿਆ ਪਰ ਇਹ ਲਿਖਿਆ ਮੇਰੇ ਵਾਸਤੇ ਹੈ ਮੇਰੇ ਵਾਸਤੇ ਇਹਦੇ ਵਿੱਚ ਮੌਜੂਦ ਕੀ ਹੈ ਕੀ ਸਮਝਣਾ ਕੀ ਅਹਿਸਾਸਨਾ ਫਿਰ ਇੱਕ ਰਿਸ਼ਤੇ ਦੀ ਬਾਤ ਤੁਰਦੀ ਐ ਫਿਰ ਸੰਬੰਧ ਬਣਦਾ ਐ ਗੁਰੂ ਸਬੰਧ ਦੇ ਨਾਲ ਇਹ ਚੀਜ਼ਾਂ ਫਿਰ ਮੇਰੇ ਵਾਸਤੇ ਜ਼ਰੂਰੀ ਹੋ ਜਾਂਦੀਆਂ ਆ ਆ ਰੂਪ ਜਾਣੋ ਇੱਥੇ ਮਹਾਰਾਜ ਬਿਆਨ ਕਰਦੇ ਤੂੰ ਸਵਾਮੀ ਅਗਮ ਅਥਾਹ ਇਹ ਵੈਗਰੂ ਤੂੰ ਹੈ ਤੇ ਅਗਮ ਅਥਾਹ ਤੇਰੀ ਪਕੜ ਕੋਈ ਨਹੀਂ ਕਰ ਸਕਦਾ ਤੈਨੂੰ ਅੱਖਾਂ ਵੇਖ ਨਹੀਂ ਸਕਦੀਆਂ ਤੈਨੂੰ ਕੰਨ ਸੁਣ ਨਹੀਂ ਸਕਦੇ ਤੈਨੂੰ ਬੁੱਧੀ ਪਕੜ ਨਹੀਂ ਸਕਦੀ ਪਰ ਹਾਂ ਮੇਰੇ ਗੁਰੂ ਨੇ ਮੈਨੂੰ ਇਹ ਸਮਝਾਇਆ ਹੈ ਤੂੰ ਘਟ ਘਟ ਪੂਰ ਰਿਹਾ ਰਹਿ ਵੀ ਗਜਬ ਹੈ ਤੂੰ ਪ੍ਰੂਚਾ ਸਭ ਵਿੱਚ ਹੀ ਹੈ ਕੋਈ ਵੀ ਤੇਰੇ ਤੋਂ ਖਾਲੀ ਨਹੀਂ ਹੈਗਾ ਬਿਨਾਂ ਸ਼ੱਕ ਮੈਂ ਪਕੜ ਨਹੀਂ ਕਰ ਪਾ ਰਿਹਾ ਮੈਂ ਦੇਖ ਨਹੀਂ ਪਾ ਰਿਹਾ ਪਰ ਤੇਰੀ ਮੌਜੂਦਗੀ ਹੀ ਚਾਰਜ ਪਰੇ ਹੈ ਤੂੰ ਹੀ ਤੇ ਹੈ ਓੰਕਾਰ ਤੂੰ ਹੀ ਪੂਰਿਆ ਪਹਚਾਰ ਚ ਪਰੇ ਅਗਲਾ ਬਚਨ ਤੂੰ ਅਲਖ ਅਭੇਉ ਅਗੰ ਲਖਿਆ ਜਾ ਨਹੀਂ ਸਕਦਾ ਭੇਤ ਤੇਰਾ ਆ ਨਹੀਂ ਸਕਦਾ ਅਗੰ ਤੂੰ ਵੈਸੇ ਹੀ ਹੈ ਤੂੰ ਅਲਖ ਅਭੇਉ ਅਗੰ ਹਾਂ ਗੁਰ ਸਤਗੁਰ ਬਚਨ ਲਹਿਆ ਜਦੋਂ ਬਚਨ ਗੁਰੂ ਕਾ ਉਹ ਮੇਰੇ ਅੰਦਰ ਆਇਆ ਉਹਨੇ ਕਾਰਗਰ ਕਰ ਦਿੱਤਾ ਇਸ ਚੀਜ਼ ਨੂੰ ਉਸਨੇ ਅਹਿਸਾਸ ਕਰਵਾ ਦਿੱਤਾ ਇਥੋਂ ਫਿਰ ਫੇਥ ਤੇ ਬਲੀਵ ਡਿਵੈਲਪ ਹੁੰਦਾ ਆ ਫਿਰ ਇੱਥੇ ਬੰਦਾ ਇੱਕ ਵਿਸ਼ਵਾਸ ਦੀ ਧਾਰਾ ਨੂੰ ਪਕੜਦਾ ਆ ਇਸ ਪੋਜ ਇਸ ਤਰ੍ਹਾਂ ਜਾਣੀਏ ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਪੂਰੀ ਤਰ੍ਹਾਂ ਸਮਝ ਆਵੇ ਤੇ ਤਾਂ ਹੀ ਬੰਦੇ ਨੇ ਉਹ ਕੰਮਕਾਰ ਕਰਨੇ ਹੁੰਦੇ ਨੇ ਜੇ ਇਹ ਚੀਜ਼ ਹੋਵੇ ਤੇ ਬੱਚੇ ਕਦੀ এডਿਕੇਸ਼ਨ ਨਾ ਲੈ ਸਕਣ ਬੱਚਾ ਸਕੂਲ ਜਾਂਦਾ ਹੈ ਜਦੋਂ ਸਕੂਲ ਭੇਜਿਆ ਜਾ ਰਿਹਾ ਹੈ ਬੱਚੇ ਦੀ ਸਮਝ ਤੇ ਮਾਪੇ ਦੀ ਸਮਝ ਟੋਟਲੀ ਵੱਖਰੀ ਹੁੰਦੀ ਹੈ ਬੱਚੇ ਦੇ ਜ਼ਹਿਨ ਨੂੰ ਦੇਖੋ ਬੱਚੇ ਦੇ ਜ਼ਹਿਨ ਚ ਇਤਨੀ ਕੁੜਤਨ ਆ ਰਹੀ ਹੁੰਦੀ ਹੈ ਕਈ ਵਾਰ ਉਹ ਕਹਿੰਦਾ ਕਿ ਡੇ ਮਤਲਬ ਕਮਲੇ ਇਹ ਮਾਪੇ ਨੇ ਮੇਰੇ ਪਿੱਦ ਦੱਸੋ ਮੈਨੂੰ ਤੰਗ ਕਰਨ ਤੇ ਇਹਨਾਂ ਨੇ ਜ਼ੋਰ ਲਾਇਆ ਮੈਂ ਇਹਨਾਂ ਦਾ ਕੀ ਵਿਗਾੜਿਆ ਮੈਨੂੰ ਘਰ ਕਿਉਂ ਨਹੀਂ ਰਹਿਣ ਦਿੰਦੇ ਮੈਨੂੰ ਦੱਸੋ ਕੀ ਵਿਗਾੜਿਆ ਮੈਨੂੰ ਦੱਸੋ ਸਕੂਲ ਹੀ ਭੇਜੀ ਜਾਂਦੇ ਨੇ ਉਹਦੀ 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 ਸੋਚ ਤੇ ਲੈਵਲ ਤੇ ਸੋਚ ਕੇ ਦੇਖੋ ਉਹਨੂੰ ਕੋਈ ਉਹਦੀ ਚੀਜ਼ ਦੀ ਕੋਈ ਸਮਝ ਨਹੀਂ ਆ ਰਹੀ ਜਿਹੜੀ ਸਮਝ ਮਾਂ-ਬਾਪ ਦੇ ਕੋਲ ਹੈ ਉਹਨੂੰ ਇਹ ਨਹੀਂ ਕਿਹਾ ਜਾਂਦਾ ਵੀ ਪੁੱਤ ਅਜੇ ਮੈਂ ਤੈਨੂੰ ਸਮਝਾ ਨਹੀਂ ਸਕਦਾ ਜੋ ਮੈਂ ਕਹਿ ਰਿਹਾ ਤੂੰ ਇਹਨੂੰ ਫਾਲੋ ਕਰੀ ਜਾ ਇੱਕ ਦਿਨ ਤੈਨੂੰ ਸਮਝ ਆ ਜਾਏਗੀ ਇੱਕ ਦਿਨ ਆਵੇਗਾ ਜਦ ਦਿਨ ਉਹ ਕਹੇਗਾ ਮਾਂ ਬਾਪ ਨੂੰ ਆ ਕੇ ਥੈਂਕ ਯੂ ਮਮ ਥੈਂਕ ਯੂ ਡੈਡ ਤੁਸੀਂ ਮੈਨੂੰ ਪੁਸ਼ ਕੀਤਾ ਇਨਸਿਸਟ ਕੀਤਾ ਮੈਂ ਆ ਤਾਲੀਮ ਲੈ ਲਈ ਮੈਂ এডਿਕੇਸ਼ਨ ਲੈ ਲਈ ਅੱਜ ਮੈਂ ਇੱਥੇ ਪਹੁੰਚ ਗਿਆ ਜਦੋਂ ਤੁਰਿਆ ਉਦੋਂ ਕੋਈ ਪਤਾ ਨਹੀਂਗਾ ਗੁਰੂ ਗੁਰੂ ਦਾ ਬਚਨ ਜਿਹੜਾ ਆ ਇਹ ਜਦੋਂ ਬੰਦਾ ਮੰਨਣ ਲਈ ਇਖਤਿਆਰ ਕਰਨ ਲਈ ਤਿਆਰ ਹੋ ਜਾਏ ਉਦੋਂ ਤੇ ਲੱਗਦਾ ਵੀ ਦੱਸੋ ਗੁਰੂ ਬਾਬਾ ਜੀ ਕੀ ਕਹਿ ਰਹੇ ਨੇ ਗੁਰੂ ਮਹਾਰਾਜ ਸਾਨੂੰ ਨਾ ਆਪਣੇ ਆਪ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਰਸ ਆਉਂਦਾ ਉਸ ਰਸ ਨੂੰ ਚਲੋ ਹੋਰ ਚੀਜ਼ਾਂ ਨਾਮ ਹੀ ਕਹੀਆਂ ਜਾਣ ਗੁੱਸੇ ਦਾ ਬੜਾ ਰਸ ਹੈ ਬੰਦਾ ਕਿਸੇ ਨੇ ਕੋਈ ਗੱਲ ਕਹੀ ਉਹਦੇ ਤੇ ਗੁੱਸਾ ਆਇਆ ਉਸ ਗੁੱਸੇ ਨੂੰ ਅੰਦਰ ਪਾਲ ਲਿਆ ਸੰਭਾਲ ਲਿਆ ਸਾਲਾਂ ਤੱਕ ਰੱਖਿਆ ਤੇ ਉਸ ਗੁੱਸੇ ਦੇ ਵਿੱਚ ਬੰਦਾ ਕਹਿੰਦਾ ਕੋਈ ਨਾ ਇਹ ਅੱਗ ਬਲਦੀ ਰੱਖਣੀ ਹੈ ਇਹ ਭਾਂਬੜ ਮਚਦਾ ਰਹਿਣਾ ਚਾਹੀਦਾ ਅੰਦਰ ਅਲਟੀਮੇਟਲੀ ਇਨੇ ਮਨਵਾ ਗੱਲ ਕਹੀ ਸੀ ਗੁਰੂ ਸਾਹਿਬ ਕਹਿੰਦੇ ਆਪਾਂ ਇੱਕ ਕੰਮ ਕਰਦੇ ਆ ਆਪਾਂ ਜਿਹੜਾ ਤੇਰੇ ਅੰਦਰ ਭੰਬੜ ਮਚ ਰਿਹਾ ਗੁੱਸੇ ਦਾ ਇਤਨਾ ਖਿਮਾ ਦਾ ਮਾਫ ਕਰਨ ਦਾ ਇਹਦੇ ਤੇ ਕਿਸੇ ਨੂੰ ਭੁੱਲ ਜਾਣ ਦਾ ਇਹ ਪਾਣੀ ਪਾ ਦਿੰਨੇ ਆ ਆਪੇ ਨਹੀਂ 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 ਇਹ ਤੇ ਪਾਣੀ ਪਾ ਅੱਗ ਬੁਝੇਗੀ ਆਪੇ ਕਹਿੰਦੇ ਭਲਾ ਹੋਏਗਾ ਤੇਰਾ ਅਸੀਂ ਬਚਨ ਪੜੀਏ ਮਹਾਰਾਜ ਦੇ ਬਚਨ ਨੇ ਭਾਬਈ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਨਹੀਂ ਨਹੀਂ ਤੁਸੀਂ ਕਹਿੰਦੇ ਹੋ ਬੁਰੇ ਨੂੰ ਬੁਰੇ ਨੇ ਮੇਰੇ ਨਾਲ ਬੁਰਾ ਕੀਤਾ ਹੈ ਤੇ ਹੁਣ ਹੁਣ ਮੈਂ ਉਹਦੇ ਤੋਂ ਕਈ ਹਜ਼ਾਰ ਗੁਣਾ ਬੁਰਾ ਹੋ ਜਾਣਾ ਤਾਂ ਕਿ ਬੁਰੇ ਨੂੰ ਪਤਾ ਲੱਗੇ ਕਿ ਕਦੀ ਕਿਸੇ ਨਾਲ ਬੁਰਾਈ ਨਹੀਂ ਕਰੀਦੀ ਹੁੰਦੀ ਗੁਰੂ ਬਾਬਾ ਜੀ ਕਹਿੰਦੇ ਨਾ ਨਾ ਭਲਾ ਕਰ ਦੇ ਮਹਾਰਾਜ ਨਹੀਂ ਨਹੀਂ ਬਹੁਤ ਖਾਇਆ ਬਾਬਾ ਜੀ ਕਹਿੰਦੇ ਮਨ ਲਾ ਬਚਨ ਮੇਰਾ ਇਹ ਗੁਰੂ ਦਾ ਬਚਨ ਆ ਏਹ ਹੈ ਹੈ ਅਗਮ ਹੈ ਹੈ ਅਥਾ ਅਗਾ ਪੁੱਤਾਂ ਕਹਿੰਦੇ ਰੱਬ ਮੈਂ ਮaaf ਕਰ ਦਿਆਂਗਾ ਰੱਬ ਆਏ ਮੇਰੇ ਕੋਲ ਮੈਂ ਰੱਬ ਨੂੰ ਪੁੱਛਾਂਗਾ ਰੱਬਾ ਐਵੇਂ ਕਿਉਂ ਹੋਇਆ ਮੇਰੇ ਨਾਲ ਦੱਸ ਬੱਬਾ ਕਹਿੰਦੇ ਐਵੇਂ ਨਹੀਂ ਹੋਣਾ ਹੋਣਾ ਨਾ ਤੇਰੀ ਉਹਨੇ ਗੱਲ ਸੁਣਨਾ ਹੋਣਾ ਨਾ ਤੈਨੂੰ ਸਮਝਾਉਣਾ ਹੋਣਾ ਤੈਨੂੰ ਗੁਰੂ ਕਾ ਬਚਨ ਹੀ ਮੰਨਣਾ ਪੈਣਾ ਇਹਦੇ ਚ ਕੋਈ ਤੈਨੂੰ ਅਜੇ ਕਿਉਂਕਿ ਕਿਵੇਂ ਤੈਨੂੰ ਸਮਝਾਵਾਂ ਬૌਧਿਕ ਰੂਪ ਦੇ ਵਿੱਚ ਹਾਂ ਜੇ ਤੂੰ ਗੁਰੂ ਕਾ ਬਚਨ ਮੰਨ ਲਵੇਂਗਾ ਤੇਰਾ ਭਲਾ ਹੋਏਗਾ ਆ ਬਚਨੀ ਕੱਲਾ ਪੜ ਲਈ ਜਿਹੜਾ ਮੈਂ ਕਹਿ ਰਿਹਾ ਹਾਂ ਹੁਣ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲੇ ਸਭ ਕਿਛ ਪਾਏ ਮੈਂ ਤੇਰਾ ਪੱਲਾ ਭਰ ਦੇਣਾ ਤੂੰ ਝੋਲੀ ਪ੍ਰਾਣੀ ਆਪਣੀ ਦામਨ ਪਰਾਉਣਾ ਸੀ ਗੁਰੂ ਕੇ ਹਜ਼ੂਰ ਝੋਲੀ ਲੈ ਕੇ ਆਉਂਦੇ ਆ ਨਾ ਪੱਲਾ ਲੈ ਕੇ ਆਉਂਦੇ ਆ ਪਹਿਲੇ ਪੱਲਾ ਭਰ ਦੇ ਮੇਰਾ ਦામਨ ਪਰਦੇ ਅਸੀਂ ਗੁਰੂ ਕੇ ਦਰ ਦੇ ਪਖਾਰੀਆਂ ਗਦਾਧਰਿਆਂ ਤੂੰ ਗੁਰੂ ਕਹਿੰਦਾ ਮੈਂ ਭਰ ਦੇਣਾ ਪੱਲਾ ਤੇਰਾ ਪਰ ਭਲਿਆ ਪੱਲਾ ਭਰਿਆ ਜਾਏਗਾ ਬਚਨ ਦੇ ਨਾਲ ਤੇ ਸਾਹਿਬ ਬਿਆਨ ਕਰਦੇ ਜਦੋਂ ਗੁਰਸਤਗੁਰ ਬਚਨ ਲਹਿਆ ਜਦੋਂ ਗੁਰੂ ਕਾ ਬਚਨ ਲਹਿਆ ਨਾ ਲਹਿਆ ਦਾ ਮਤਲਬ ਹੀ ਇਹ ਹੈ ਮੈਨੂੰ ਉਹ ਲਾਭ ਵਾਲਾ ਲੱਗਾ ਫਾਇਦੇ ਵਾਲਾ ਲੱਗਾ ਮੈਂ ਉਹਨੂੰ ਅਪਣਾ ਲਿਆ ਅਗਲੀ ਗੱਲ ਕਹੀ ਮਹਾਰਾਜ ਨੇ ਤਨ ਤਨ ਤੇ ਜਨਪੁਰਖ ਪੂਰੇ ਜਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਅਯੋ ਜਨ ਤਨਤਾ ਦੇ ਯੋਗ ਨੇ ਉਹਨਾਂ ਨੂੰ ਤਨ ਕਹਿਣਾ ਚਾਹੀਦਾ ਉਹਨਾਂ ਨੂੰ ਵਡਿਆਉਣਾ ਚਾਹੀਦਾ ਹੈ ਤਨ ਤਨ ਤੇ ਜਨਪੁਰਖ ਪੂਰੇ ਉਹ ਪੂਰੇ ਪੁਰਖ ਨੇ ਉਹ ਸੰਪੂਰਣ ਮਨੁੱਖ ਨਹੀਂ ਅਸੀਂ ਸਾਰੇ ਅੱਧੇ ਅਧੂਰੇ ਆ ਮਤਲਬ ਜੀ ਦੇਖੀਏ ਇੱਕ ਜਗ੍ਹਾ ਤੇ ਮੈਂ ਆਪਣੇ ਆਪ ਨੂੰ ਸਮਝਾਂ ਕਿ ਮੈਂ ਠੀਕ ਕਰ ਰਿਹਾ 10 ਜਗ੍ਹਾ ਤੇ ਮੈਂ ਘਟ ਕਰ ਰਿਹਾ ਮੇਰੀ ਚ ਸੰਪੂਰਨਤਾ ਕਿਵੇਂ ਹੋ ਸਕਦੀ ਹੈ ਤੇ ਅਕਸਰ ਲੋਕ ਕਹਿੰਦੇ ਨੇ ਪੂਰਾ ਤੇ ਕੋਈ ਵੀ ਨਹੀਂ ਭਾਈ ਹਰ ਵਿੱਚ ਕਮੀਆਂ ਨੇ ਹਰ ਵਿੱਚ ਖਾਮੀਆਂ ਨੇ ਪਰ ਬਾਬਾ ਜੀ ਕਹਿੰਦੇ ਜਿਹੜੇ ਗੁਰੂ ਕੇ ਬਚਨ ਨੂੰ ਮਰਾ ਪ੍ਰਾਪਤ ਹੋ ਜਾਂਦੇ ਨੇ ਉਹਨੂੰ ਮੰਨਣ ਲਈ ਤਿਆਰ ਹੋ ਜਾਂਦੇ ਮੇਰੀ ਜਾਚੇ ਪੂਰੇ ਨੇ ਉਹ ਗੁਰੂ ਰਾਮਦਾਸ ਸਾਹਿਬ ਕਹਿੰਦੇ ਤਨ ਤਨ ਤੇ ਜਨਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਜਿਨ੍ਹਾਂ ਨੇ ਗੁਣਾ ਦਾ ਰਵਣ ਕੀਤਾ ਗੁਣਾ ਦਾ ਰਵਣ ਕਰਨਾ ਗੁਣਾ ਨੂੰ ਪ੍ਰਣਾ ਲੈਣਾ ਧਰਤੀ ਤੇ ਸਿਰਫ ਬੰਦੇ ਨੇ ਜੇਤੇ ਹੀ ਸੋਚਿਆ ਨਾ ਮੈਂ ਸੋਨਾ ਚਾਹੰਦੀ ਹੀਰੇ ਜਵਾਹਰਾਤ ਤੇ ਧਰਤੀ ਦੀਆਂ ਜਾਇਦਾਦਾਂ ਹੀ ਕਮਾਉਣੀਆਂ ਨੇ ਤੇ ਫਿਰ ਫਿਰ ਬੰਦਾ ਸਹੀ ਗਲਤ ਦੀ ਪਰਖ ਨਹੀਂ ਕਰ ਸਕਦਾ ਬਹੁਤੀ ਇਸ ਤਰ੍ਹਾਂ ਜਾਣੋ ਜੋ ਮੇਰੇ ਲਈ ਠੀਕ ਹੈ ਤੇ ਜੋ ਮੇਰੇ ਲਈ ਫਾਇਦੇ ਵਾਲਾ ਆ ਮੇਰਾ ਫਾਇਦਾ ਤੇ ਮੇਰੇ ਲਈ ਠੀਕ ਜੇ ਦੋਨੋਂ ਆਪੋਜੀਟ ਖੜੇ ਹੋਣ ਵੀ ਠੀਕ ਮੇਰੇ ਲਈ ਆ ਆ ਫਾਇਦਾ ਮੈਨੂੰ ਇਹਦੇ 'ਚ ਆ ਬੰਦੇ ਦਾ ਫਾਇਦੇ ਵਾਲਾ ਪੱਖ ਜਿੱਤੇਗਾ ਠੀਕ ਵਾਲਾ ਪੱਖ ਨਹੀਂ ਜਿੱਤੇਗਾ ਜੋ ਮੇਰੇ ਲਈ ਫਾਇਦੇਮੰਦ ਆ ਜ਼ਰੂਰੀ ਨਹੀਂ ਮੇਰੇ ਲਈ ਠੀਕ ਵੀ ਹੋਏ ਪਰ ਬੰਦਾ ਕਹਿੰਦਾ ਹੂ ਕੇਅਰ ਠੀਕ ਗਲਤੀ ਕੌਣ ਕੇਅਰ ਕਰਦਾ ਫਾਇਦਾ ਇਹਨਾਂ 'ਚ ਆ ਹੀ ਕਰਾਂਗਾ ਇਤੋਂ ਮਸਲਾ ਖੜਾ ਆ ਬੜਾ ਦਵੰਦ ਆ ਇਹ ਮਨ ਖੁੱਟ ਹਰ ਹੈ ਬਾਬਾਈ ਬਿਹਾਨ ਕਰਦੇ ਚੇਤੇ ਰੱਖੀ ਮਨ ਖੁੱਟ ਹਰ ਤੇਰਾ ਨਾਹੀਂ ਵਿਸਾਸ ਤੂੰ ਮਹਾ ਉਦਮਾਦਾ ਇਹਦੀ ਉਦਮਾਦਕਤਾ ਜਦੋਂ ਪਤਾ ਲੱਗਦੀ ਹੈ ਨਾ ਬੰਦਾ ਕਹਿੰਦਾ ਵੀ ਹੋ ਕੀ ਰਿਹਾ ਆ ਕਿ ਇਹ ਜਿਹੜਾ ਚੱਕਾ ਚੌਂਦ ਆ ertidī ਦੀ ਹੈਗੀ ਥੋੜ ਚਿਰੇ ਸਭ ਨੂੰ ਪਤਾ ਆ ਸਭ ਨੇ ਅਲਟੀਮੇਟਲੀ ਬਹਿਰੂਨੀ ਤੌਰ ਤੇ ਬੰਦੇ ਨੂੰ ਨਾਂ ਵੀ ਲੱਗੇ ਪਿੱਛੇ ਮੇਰੇ ਤੋਂ ਕੁਝ ਖੁੱਸ ਜਾਣਾ ਹੈ ਮੇਰੇ ਤੋਂ ਦੂਰ ਚਲਾ ਜਾਣਾ ਹੈ ਮੇਰੀ ਅੱਖਾਂ ਹੀ ਬੰਦ ਹੋ ਜਾਣੀਆਂ ਨੇ ਪਰਮਾਨੈਂਟਲੀ ਮੁੜ ਕੇ ਕਦੀ ਆਕੇ ਫੇਰਾ ਹੀ ਨਹੀਂ ਪਾਉਣਾ ਜਿੰਨਾ ਚੀਜ਼ਾਂ ਲਈ ਅੱਜ ਲੜ ਰਿਆਂ ਝਗੜ ਰਿਆਂ ਜਿੰਨਾ ਵਾਸਤੇ ਅੱਜ ਭਰਾ ਭਰਾ ਨੂੰ ਕਤਲ ਕਰਨ ਲਈ ਤਿਆਰ ਬੈਠਾ ਵੀ ਮੈਂ ਮਾਰ ਦੇਣਾ ਤੈਨੂੰ ਜੋ ਤੂੰ ਮਤਲਬ ਹਮਰੀ ਭੂਮਿ ਕੌਣ ਘੱਲ ਹੈ ਪੈਰ ਇਹ ਮੇਰੀ ਜਦਾਦ ਹੈ ਮੇਰੀ ਦੌਲਤ ਹੈ ਮੇਰਾ ਪੈਸਾ ਮੇਰਾ ਸਰਮਾਇਆ ਕਦੀ గిੜਾ ਵੀ ਨ ਮਾਰਨਾ ਮੁੜ ਕੇ ਜਦੋਂ ਇੱਕ ਰੀਖਾ ਬੰਦ ਹੋ ਗਈਆਂ ਪਰ ਅਨਫੋਰਚੂਨੇਟਲੀ ਇਹ ਅਹਿਸਾਸ ਨਹੀਂ ਆਉਂਦਾ ਇਸ ਕਰਕੇ ਬਾਬਾ ਜੀ ਕਹਿੰਦੇ ਕਿਉਂ ਨਾ ਇੱਕ ਕੰਮ ਕੀਤਾ ਜਾਏ ਨਿਰਾ ਫਾਇਦੇ ਵਾਸਤੇ ਲਾਹੇ ਵਾਸਤੇ ਪ੍ਰੋਫਿਟ ਵਾਸਤੇ ਇਹਦੇ ਤੇ ਧਿਆਨ ਨਾ ਦੇ ਜੋ ਰਾਈਟ ਆ ਜੋ ਠੀਕ ਆ ਜੋ ਵਾਜਬ ਆ ਜੋ ਸਹੀ ਆ ਉਹਦੇ ਤੇ ਵੀ ਧਿਆਨ ਦੇ ਇਥੇ ਫਿਰ ਗੁਣ ਆਉਂਦੇ ਨੇ ਜ਼ਿੰਦਗੀ ਦੇ ਚ ਦੌਲਤ ਕਮਾ ਲਵੋ ਕੌਣ ਰੋਕਦਾ ਕਮਾਉਣ ਤੋਂ ਪਰ ਕਮਾਉਣ ਦਾ ਢੰਗ ਵੀ ਠੀਕ ਲੈ ਲਓ ਬੰთა ਕਹਿੰਦਾ ਨਹੀਂ ਦੌਲਤ ਦਿਸਦੀ ਏ ਠੀਕ ਗਲਤ ਨਹੀਂ ਦਿਸਦਾ ਮਾਰਿਆ ਜਾਏਗਾ ਜ਼ਮੀਰ ਫਰੋਸ਼ ਹੋ ਜਾਏਗਾ ਇੱਕ ਦਿਨ ਦੌਲਤ ਬਹੁਤ ਹੋਏਗੀ ਪਰ ਜੋ ਕੋਲ ਹੋਣਾ ਚਾਹੀਦਾ ਕੁਝ ਨਹੀਂ ਹੋਏਗਾ ਇਹੀ ਦੋ ਅੰਦਾਜ਼ ਸਾਡਾ ਰੱਬ ਕਿਤੇ ਹੋਰ ਨਹੀਂ ਇਹ ਦੇ ਵਿੱਚ ਹੀ ਇਹ ਸਾਰੇ ਸੰਸਾਰ ਦੇ ਵਿੱਚ ਜਦੋਂ ਲੋਕਾਂ ਨੂੰ ਸਮਝ ਨਹੀਂ ਲੱਗਦੀ ਲੋਕੀ ਸੰਸਾਰ ਛੱਡ ਕੇ ਭਜੇ ਲੋਕਾਂ ਕਹਿੰਦੇ ਨਹੀਂ 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 ਆਪਾਂ ਰੱਬ ਨੂੰ ਲੱਭਣਾ ਛੱਡ ਦਿਓ ਸੰਸਾਰ ਭੱਜੋ ਬਾਬਾ ਜੀ ਕਹਿੰਦੇ ਕਿਉਂ ਅਸਲ ਵਿੱਚ ਆਪਣੇ ਆਪ ਨੂੰ ਲੱਭ ਕਿਉਂਕਿ ਤੂੰ ਆਪਣਾ ਆਪਾ ਗਵਾ ਲਿਆ ਗੁਣ ਗਵਾ ਲਏ ਨੇ ਸ਼ੁਭਤਾ ਗਵਾ ਲਈ ਇਨਸਾਨੀਅਤ ਗਵਾ ਲਈ ਹੈ ਅਕਲ ਗਵਾ ਲਈ ਅੱਗੇ ਜਾ ਕੇ ਸਾਰਾ ਸ਼ਬਦ ਐਮਫਸਾਈਜ਼ ਕਰੇਗਾ ਮਹਾਰਾਜ ਜੀ ਨੇ ਗੁਣ ਰਵਣ ਕਰ ਇਹਨੂੰ ਹੋਰ ਸਰਲ ਕਰ ਦੇਣਾ ਮੈਂ ਜਦੋਂ ਬੱਚਿਆਂ ਨਾਲ ਹੁਣਾਂ ਯੰਗ ਬੱਚਿਆਂ ਨਾਲ ਖਾਸ ਕਰਕੇ ਜਿਹੜੇ ਸਮਹਾਉ ਜੇਲਾਂ ਚ ਪਹੁੰਚ ਜਾਂਦੇ ਨੇ ਬੜੀਆਂ ਲੰਮੀਆਂ ਚੜੀਆਂ ਡਿਬੇਟਸ ਹੁੰਦੀਆਂ ਸਾਡੀਆਂ ਉਹਨਾਂ ਦੇ ਨਾਲ ਜਿਸ ਤਰ੍ਹਾਂ ਹੈ ਕਿ ਜਿਹੜਾ ਰਿਜ਼ਕ ਆ سرمਾਇਆ ਆ ਦੌਲਤ ਆ ਕਿਹਦਾ ਜੀ ਨਹੀਂ ਕਰਦਾ ਮੰਨਣ ਵਾਸਤੇ ਇੰਜੋਏ ਕਰਨ ਵਾਸਤੇ ਦੇਖੋ ਨਾ ਆਪਾਂ ਕਿਤੇ 10 ਕਿਲੋਮੀਟਰ ਜਾਣਾ ਆ ਆਪਾਂ ਤੁਰ ਕੇ ਵੀ ਜਾ ਸਕਦੇ ਆ ਆਪਾਂ 10 ਕਿਲੋਮੀਟਰ ਦੇ ਚਾਰ ਬੱਸਾਂ ਬਦਲ ਕੇ ਤੇ ਕੋਈ ਗਾਲਬਨ ਕਹਿੰਦਾ 1.5 ਦਾ ਸਮਾਂ ਲਾ ਕੇ ਤਾਂ ਵੀ ਜਾ ਸਕਦੇ ਆ ਤੇ ਆਪਣੇ ਕੋਲ ਕਾਰ ਹੋਏ ਤੇ 10 ਕਿਲੋਮੀਟਰ ਦਾ ਸਮਾਂ ਲੈਸ ਥੈਨ 7 6 ਮਿੰਟ ਦੇ ਵਿੱਚ ਡਨ ਹੋ ਜਾਂਦਾ ਬੜੇ ਆਰਾਮ ਨਾਲ ਕੌਣ ਨਹੀਂ ਜਾਏਗਾ ਇਸ ਤਰੀਕੇ ਦਾ ਮੈਨੂੰ ਕੰਫਰਟ ਮਿਲੇ ਇਸ ਕਿਸਮ ਦੀ ਮੇਰੇ ਵਾਸਤੇ ਫੈਸਿਲਿਟੀ ਹੋਏ ਹਰ ਕੋਈ ਚਾਹੇਗਾ ਪਰ ਕੋਈ ਕਹੇ ਵੀ ਇੱਕ ਕਾਰ ਕਮਾਉਣ ਵਾਸਤੇ ਤੈਨੂੰ ਆ ਕੰਮ ਕਰਨਾ ਪੈਣਾ ਜਿਹੜਾ ਕੰਮ ਵਾਜਬ ਨਹੀਂਗਾ ਠੀਕ ਨਹੀਂਗਾ ਬੰਦਾ ਕੇ ਕਾਰ ਚਾਹੀਦੀ ਠੀਕ ਦੀ ਕਿਨੂੰ کہہ ਰਿਆ ਇੱਥੋਂ ਮਸਲਾ ਖੜਾ ਹੁੰਦਾ ਇਸ ਤਰ੍ਹਾਂ ਜਾਣੋ ਰਜ਼ਕ ਆਫਰੀਨ ਹੋਣ ਵਾਸਤੇ ਦੋ ਤਰੀਕੇ ਨੇ ਗੁਣ ਕਮਾਓ ਜਾਂ ਗੁਨਾਹ ਕਮਾਓ ਬੰਦਾ ਕਹਿੰਦਾ ਗੁਣ ਕਮਾਉਣੇ ਔਖੇ ਨੇ ਗੁਨਾਹ ਕਮਾ ਲੈਨੇ ਆ ਇੱਥੋਂ ਫਿਰ ਮਸਲਾ ਵਿਗੜਦਾ ਦੂਜੇ ਪਾਸੇ ਜਾਂਦਾ ਗੁਣ ਕਮਾਏਗਾ ਹਾਂ ਔਖੇ ਤੇ ਹੋਣਗੇ ਪਰ ਕਮਾ ਲੇਗਾ ਰਿਜ਼ਕ ਆਫਰੀਨ ਹੋਣ ਵਾਸਤੇ ਵੀ ਗੁਣ ਕਮਾਏ ਜਾ ਸਕਦੇ ਨੇ ਇੱਕ ਬੱਚਾ ਸਿਰ ਛੱਟ ਕੇ ਮਾਂ ਬਾਪ ਦੇ ਆਖੇ ਲੱਗਦਾ ਟੀਚਰਸ ਦੇ ਆਖੇ ਲੱਗਦਾ ਮਿਹਨਤ ਕਰਦਾ ਹੈ ਪ੍ਰੋਪਰ ਗ੍ਰੇਡ 12 ਕਰਦਾ ਹੈ 4-5 ਸਾਲ ਯੂਨੀਵਰਸਿਟੀ ਜਾ ਕੇ ਲਗਾਉਂਦਾ ਆ ਉਥੋਂ ਚੰਗੀ ਜਗ੍ਹਾ ਤੇ ਕੋਪ ਕਰਨ ਵਾਸਤੇ ਮਿਲਦੀ ਉਥੇ ਦਾ ਕੰਮ ਵੇਖਦੇ ਨੇ ਉਹਦੀ ਪਰਫਾਰਮੈਂਸ ਦੇਖਦੇ ਉਹ ਕਹਿੰਦੇ ਤੈਨੂੰ ਜੌਬ ਆਫਰ ਕਰਦੇ ਆ ਕੋਈ ਬਾਈ 23 ਸਾਲ ਦੀ ਉਮਰ ਤੱਕ ਜਾਂਦਿਆਂ ਤੱਕ ਸਾਲਾਨਾ ਤੌਰ ਤੇ 2.5 ਲੱਖ ਡਾਲਰ ਪਰਛਾਵਾਂ ਬਣ ਕੇ ਉਹਦੇ ਮਗਰ ਤੁਰ ਪੈਂਦਾ ਜਿੱਧਰ ਜਾਂਦਾ ਹੈ ਸਰਮਾਇਆ ਦੀਆਂ ਤਆਂ ਲੱਗਦੀਆਂ ਜਾਂਦੀਆਂ ਨੇ ਰਿਜ਼ਕਾਰ ਆ ਦੂਜਾ ਬੱਚਾ ਦੇਖਦਾ ਹੈ ਕਹਿੰਦਾ ਕਮਾਲ ਆ ਮੇਰੇ ਤੋਂ ਇਹਦੇ ਛੋਟੀ ਉਮਰ ਹੈ 2 ਸਾਲ ਇਹ ਇੰਨੀ ਸਰਮਾਇਆ ਦੀ ਮਲਕੀਅਤ ਲੈ ਕੇ ਬੈਠਾ ਹੈ ਕਾਰ ਵੀ ਮਹਿੰਗੀ ਹੈ ਦੇ ਕੋਲ ਫਲੈਟ ਵੀ ਬੜਾ ਚੰਗਾ ਹੈ ਦੇ ਕੋਲ ਇੱਜ਼ਤ ਵੀ ਹੈ ਘਰ ਮਾਣ ਵੀ ਹੈ ਪੈਸੇ ਕਰਕੇ ਇਹ ਸਾਰਾ ਕੁਝ ਆਪਾਂ ਵੀ ਬਣਾਉਨੇ ਆ ਕਿਵੇਂ ਬਣਾਉਨੇ ਆ ਕਿਸੇ ਨੇ ਕਿਹਾ ਆ ਮੇਰੀ ਚੀਜ਼ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਰਨੀ ਐ ਇਹਦੇ ਤੇ ਨੂੰ ਇਵਜ ਵਿੱਚ ਹਾਫ ਬਿਲੀਅਨ ਡਾਲਰ ਦੇ ਦੇਾਂਗਾ ਤੈਨੂੰ ਉਹ ਕਹਿੰਦਾ ਗੱਲ ਬਣ ਗਈ ਇਹ ਹੁਣ ਗੁਨਾਹ ਦਾ ਰਾਹ ਹੈ ਇਹ ਗੁਨਾਹਗਰੀ ਤਬਾਹ ਕਰੇਗੀ ਰਵਣ ਕਰਨਾ ਤੇ ਗੁਨਾਹ ਦਾ ਕਰ ਗੁਣ ਗ੍ਰਹਿਣ ਕਰ ਫਿਰ ਕੱਲਾ ਇਹ ਨਹੀਂਗਾ ਮੈਂ ਸਰਮਾਇਏ ਦੀ ਮਿਸਾਲ ਤੇ ਤਾਂ ਦਿੱਤੀ ਐ ਯੋ ਕਿ ਤਨ ਦੀ ਭਾਸ਼ਾ ਸਾਨੂੰ ਸਮਝ ਆਉਂਦੀ ਹੈ ਸ਼ਬਦ ਪੜ੍ਹਦਾ ਕਾਚਾ ਤਨ ਸੰਚੈ ਮੂਰਖ ਗਾਵਾਰ ਤਨ ਕੱਚਾ ਤੇ ਸੱਚਾ ਕਿਹੜਾ ਹੋਇਆ ਜੀ ਮੈਂ 10 ਡਾਲਰ ਲੈ ਕੇ ਡਿਮਹੋਟਨ ਜਾਵਾਂ ਤੇ ਉਹਨੂੰ ਕਹਾਂ ਮੈਨੂੰ ਕਾਫੀ ਚਾਹੀਦੀ ਹੈ ਤੇ ਕੈਸ਼ੀਅਰ ਮੈਨੂੰ ਇਹ ਪੁੱਛੇ ਵੀ ਬਿਫੋਰ ਆਈ ਗਿਵ ਯੂ ਕਾਫੀ অর ਬਿਫੋਰ ਯੂ ਐਕਚੁਅਲੀ ਆਈ ਟੇਕ ਯੂਰ ਮਨੀ ਕੈਨ ਯੂ ਟੈਲ ਮੀ ਹਾਊ ਡਿਡ ਯੂ ਅਰਨ ਥੈਟ ਮੈਨੂੰ ਪਹਿਲਾਂ ਦੱਸੇਗਾ ਤੂੰ ਕਮਾਈ ਕਿਵੇਂ ਆ ਫਿਰ ਮੈਂ ਤੇਰੇ ਤੋਂ ਪੈਸੇ ਲਵਾਂਗਾ ਉਹਦੀ ਕੋਈ ਜੌਬ ਨਹੀਂ ਹੈਗੀ ਉਹਨੋਂ ਨੂੰ ਕੋਈ ਹੱਕ ਨਹੀਂਗਾ ਮੈਨੂੰ ਪੁੱਛਣ ਦਾ ਮੈਂ ਜਿਵੇਂ ਮਰਜੀ ਕਮਾਇਆ ਹੁਣ ਇਹ ਧਨ ਤਾਂ ਨਹੀਂ ਹੈ ਪਰ ਬਾਬਾ ਜੀ ਕਹਿੰਦੇ ਕੱਚਾ ਤੇ ਸੱਚਾ ਕੱਚਾ ਤੇ ਸੱਚਾ ਉਸ ਉਹਦੇ ਯੂਜ਼ ਕਰਨ ਵਿੱਚ ਨਹੀਂ ਇਸਤੇਮਾਲ ਕਰਨੇ ਵਿੱਚ ਨਹੀਂ ਹੁੰਦਾ ਉਹ ਉਹਦੇ ਅਰਨ ਕਰਨ ਵਿੱਚ ਹੁੰਦਾ ਤੇ ਉਹ ਮੈਨੂੰ ਹੀ ਪਤਾ ਆ ਉਹਦਾ ਪਰਛਾਵਾਂ ਮੇਰੇ ਵਿੱਚ ਹੀ ਪੈਣਾ ਆ ਸੋ ਇਸ ਕਰਕੇ ਗੁਣ ਰਵਣ ਜੀਵਨ ਵਿੱਚ ਗੁਣ ਕਮਾ ਤੇ ਗੁਣਾ ਵਾਸਤੇ ਸਾਨੂੰ ਜਿਹੜੀ ਇੱਕ ਐਕਸਟਰਾ ਚੀਜ਼ ਚਾਹੀਦੀ ਹੈ ਸ਼ਬਦ ਦੇ ਜ਼ਰੀਏ ਬਚਨ ਨੂੰ ਅੱਗੇ ਦੇਖਿਓ ਜੇ ਮਹਾਰਾਜ ਬਿਆਨ ਕਰਦੇ ਗੁਰ ਸਤਗੁਰ ਬਚਨ ਲਹਿਆ ਜਿਥੋਂ ਬਾਤ ਸ਼ੁਰੂ ਕੀਤੀ ਸੀ ਗੁਰ ਸੰਤ ਸੰਗਤ ਮਿਲ ਗੁਣ ਰਵੇ ਮਿਲ ਗੁਰ ਸੰਤ ਸੰਗਤ ਗੁਰ ਸੰਤ ਸੰਗਤ ਜਿਹੜੇ ਗੁਰੂ ਦੇ ਨਾਲ ਰਵਣ ਕਰਨ ਵਾਲੇ ਸੰਤ ਨੇ ਉਹਨਾਂ ਦੀ ਸੰਗਤ ਵਿੱਚ ਆ ਜਾਣਾ ਸ਼ੈਡੋਇੰਗ ਕਹਿੰਦੇ ਆਸੀਂ ਇਸਨੂੰ ਇੱਕ ਦੂਜੇ ਤੇ ਪ੍ਰਭਾਵ ਪੈਂਦਾ ਆ ਤੁਹਾਨੂੰ ਸਵੇਰ ਤੋਂ ਸ਼ਾਮ ਤੱਕ ਝੂਠ ਬੋਲਣ ਵਾਲੇ ਮਾੜਾ ਕਰਨ ਵਾਲੇ ਮਾੜੇ ਪਾਸੇ ਤੋਰਨ ਵਾਲੇ 10 ਬੰਦੇ ਮਿਲਣ ਸ਼ਾਮ ਤੱਕ ਉਹਦਾ ਪ੍ਰਭਾਵ ਸਾਡੇ ਤੇ ਪੈ ਜਾਏਗਾ। ਉਸੇ ਰੂਪ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ 10 ਬੰਦੇ ਇਹੋ ਜਿਹੇ ਮਿਲਣ ਜਿਹੜੇ ਕਹਿੰਦੇ ਨਾ ਨਾ ਮਾੜੇ ਪਾਸੇ ਨਹੀਂ ਜਾਣਾ। ਸ਼ਾਮ ਤੱਕ ਉਹਦਾ ਪ੍ਰਭਾਵ ਪਿਆ ਹੋਏਗਾ। ਮੇਰੇ ਬੜੇ ਪਿਆਰੇ ਮਿੱਤਰ ਨੇ ਇੱਥੇ ਸੱਜਣ ਉਹ ਕਹਿੰਦੇ ਆਹ ਰਾਉਂਡ 90s ਦੇ ਵਿੱਚ ਉਹ ਪੰਜਾਬ ਤੋਂ ਤੁਰੇ। ਉਮਰ ਹੋਣੀ ਮਸਾਂ ਹੀ 16-17 ਸਾਲ ਇੱਕੋ ਤੋਂ ਵੱਡੀ ਉਮਰ ਦਾ ਬੱਚਾ ਉਹਦੇ ਨਾਲ 22-23 ਸਾਲ ਏਜ ਹੋਣੀ ਹੈ। ਕਿੰਨੇ ਮੇਰਾ ਚਾਚਾ ਸਾਨੂੰ ਚੜਾਣ ਆਇਆ 2 ਨੰਬਰ ਦੇ ਵਿੱਚ ਮਤਲਬ ਕਹਿ ਲਓ ਕਿ ਕਿਸੇ ਟੰਗ ਦੇ ਨਾਲ ਉਸ ਮੁਲਕ ਤੋਂ ਬਾਹਰਲੇ ਮੁਲਕ ਆ ਕੇ ਪੈਸੇ ਕਮਾਉਣ ਲਿਆਵੇਂ ਹੁੰਦਾ ਸੀ ਕਿ ਕਹਿੰਦੇ ਜਰਮਨ ਲਈ ਅਸੀਂ ਜਾ ਰਹੇ ਸੀਗੇ 에어ਪੋਰਟ ਤੇ ਚੜਾਣ ਵਾਸਤੇ ਆਇਆ ਜਦੋਂ 에어ਪੋਰਟ ਤੇ ਚੜਾਣ ਲਿਓ ਉੱਥੇ ਬਿਲਕੁਲ ਛੜਣ ਲਈ ਆਇਆ ਤੇ ਮੈਨੂੰ ਸਾਨੂੰ ਕਹਿੰਦਾ ਕਹਿੰਦਾ ਗੱਲ ਸੁਣਾ ਮੇਰੀ ਇੰਨੇ ਪੈਸੇ ਦੇ ਕੇ ਤੁਹਾਨੂੰ 2 ਨੰਬਰ ਚੜਾਣਾ ਹੈ ਇੱਥੇ ਚੱਲੇ ਉੱਥੇ ਕਿਤੇ ਮਿਹਨਤ ਕਰਿਆ ਜੇ ਪੈਸੇ ਕਮਾਇਆ ਜੇ ਤੇ ਦੂਜਾ ਜਲਦੀ ਤੋਂ ਜਲਦੀ ਪੱਕੇ ਹੋ ਜਾ ਜੇ ਮਤੇ ਉੱਥੋਂ ਡਿਪੋਰਟ ਹੋ ਜਾਉ ਤੇ ਫੜੇ ਜਾ ਉਥੇ ਮੈਂ ਇਸ ਪਾਸੇ ਵਿਚਾਰ ਰੱਖਿਆ ਤੇ ਮਤਲਬ ਪੈਸੇ ਇਨੇ ਲਗਾਤੇ ਨੇ ਤੇ ਉਹਦੇ ਲਈ ਫਿਰ ਕਹਿਣ ਲੱਗਾ ਵੀ ਉੱਥੇ ਕੋਈ ਨਾ ਜੇ ਕਿਤੇ ਕਿਸੇ ਮਤਲਬ ਉੱਥੋਂ ਦੀ ਮੂਲ ਵਾਸੀ ਲੇਡੀ ਨਾਲ ਗੋਰੀ ਕਹਿ ਲੋ ਜਿਵੇਂ ਆਮ ਭਾਸ਼ਾ ਚ ਕਹਿੰਦੇ ਵਿਆਹ ਵੀ ਕਰਉਣਾ ਪਏ ਤਾਂ ਕੋਈ ਦਿੱਕਤ ਨਹੀਂ ਕਰਾ ਲਿਆ ਜੇ ਪੱਕੇ ਹੋ ਜਾ ਜੇ ਪਰ ਇਹ ਕਹਿੰਦੇ ਇਹੋ ਜੀਆਂ ਗੱਲਾਂ ਸਾਨੂੰ ਕਹਿ ਰਿਆ ਫਿਰ ਉਹ ਨਾ ਹੌਸਲਾ ਜੇ ਕਰਕੇ ਹੋਰ ਗੱਲ ਸਾਨੂੰ ਕਹਿੰਦਾ ਵੇ ਦੇਖਿਓ ਨਾ ਉੱਥੇ ਗੁਰੇ-ਗੋਰੀਆਂ ਆਮ ਸ਼ਰਾਬ ਵੀ ਪੀਂਦੇ ਨੇ ਥੋੜੀ-ਬੋਤੀ ਤਮਾਕੂ ਨੋਸ਼ੀ ਵੀ ਕਰਦੇ ਨੇ ਜਗਤ-ਝੂਠ ਸਿਗਰਟ ਵਗੈਰਾ ਫੂਕ ਲੈਂਦੇ ਨੇ ਤੇ ਜੇ ਐਵੇਂ ਦਾ ਕੁਝ ਵੀ ਉਹ ਕਰਦੇ ਹੋਣ ਤੇ ਘਬਰਾਉਣਾ ਨਹੀਂ ਕੋਈ ਗੱਲ ਨਹੀਂ ਇਟਸ ਓਕੇ ਮਤਲਬ ਇਹ ਸਭ ਚੀਜ਼ਾਂ ਅਲਾਉ ਨੇ ਕਰ-ਕਰ ਲਿਆ ਜੇ ਪਰ ਪੱਕੇ ਹੋ ਜਾਂਦੇ ਕਹਿੰਦਾ ਓਹੋ ਹੋ ਕਹਿੰਦਾ ਅੱਜ ਵੀ ਮੈਂ ਤੁਹਾਨੂੰ ਦੱਸਦਾ ਵੀ 에어ਪੋਰਟ ਦੇ ਅੰਦਰ ਵੜਦੇ ਹੋਏ ਇੰਨਾ ਚਾ ਚਾ ਹੀ ਚੜ ਗਿਆ ਵੀ ਗੱਲ ਹੀ ਬਣ ਗਈ ਹੁਣ ਤੇ ਜਦੋਂ ਚਾਚੇ ਨਹੀਂ ਕਹਿਤਾ ਘਰ ਦੇ ਨਹੀਂ ਕਹਿਤਾ ਵੀ ਆਪਣੀ ਡਰਿੰਕ ਕਰੋ ਇਹੋ ਜਿਹੇ ਪੁੱਠੇ ਸਿੱਧੇ ਨਸ਼ੇ ਪੱਤੇ ਕਰ ਲਓ ਕੋਈ ਦਿੱਕਤ ਨਹੀਂ ਹੈ ਗੱਲ ਹੀ ਬਣ ਗਈ। ਕਹਿੰਦੇ ਜਹਾਜ਼ ਦੇ ਵਿੱਚ ਬਸ ਚਾਹ ਹੀ ਚੜਿਆ ਵੀ ਹੁਣ ਤੇ ਬਸ ਨਾ ਬਾਸ ਹੁਣ ਤੇ ਮੋਜਾਂ ਕਰਾਂਗੇ ਸਾਰੇ ਨਸ਼ੇ ਪੱਤੇ ਖਾਵਾਂਗੇ ਸਭ ਚੀਜ਼ਾਂ ਇਸ ਤਰੀਕੇ ਨਾਲ। ਖੈਰ ਫ੍ਰੈਂਕਫਰਟ ਉੱtre ਉੱਤਰ ਕੇ ਜਿਹਨੇ ਜਿਹਦੇ ਕੋਲ ਜਾਣਾ ਸੀਗਾ ਐਡਰੈਸ ਸੀਗਾ ਉਹਦੇ ਕੋਲ ਜਾਣਾ। ਕਿసే ਹੋਰ ਨੇ ਉਥੇ ਚੱਕਿਆ ਉਹਦੇ ਕੋਲ ਛੱਡ ਕੇ ਆਉਣਾ ਸੀਗਾ ਉੱਥੇ ਛੋਟਾ ਇੱਕੋ ਕਮਰੇ ਦਾ ਫਲੈਟ ਆ ਉਹਦੇ ਦਸ ਜੀ ਉਹਦੇ ਕਮਰੇ ਦੇ ਅੰਦਰ ਐਂਟਰ ਕੀਤੇ ਆ ਜਦੋਂ ਅੰਦਰ ਦਾ ਚਾਹ ਕਿਵੇਂ ਰੋਕੀਏ ਕਿਵੇਂ ਜਾਂਦਿਆਂ ਨਾਲ ਸਭ ਤੋਂ ਪਹਿਲਾਂ ਅਸੀਂ ਉਹਨੂੰ ਜਾ ਕੇ ਪਹਿਲੀ ਗੱਲ ਹੀ ਇਹ ਪੁੱਛੀ ਵੀ ਸੁਣਿਆ ਆ ਇੱਥੇ ਵਿਆਹ ਵੀ ਉਕਰਾ ਕੇ ਪੱਕੇ ਹੋਣਾ ਪਏਗਾ ਤੇ ਵਿਆਹ ਵੀ ਲੱਗਦਾ ਗੋਰੀਆਂ ਨਾਲ ਕਰਾਣਾ ਪਏਗਾ ਤੇ ਉਹ ਤੇ ਸ਼ਰਾਬ ਸ਼ਰੂਪੀ ਪਿੰਦੀਆਂ ਨੇ ਸਿਗਰਟ ਨੋਸ਼ੀ ਵੀ ਕਰ ਲੈਂਦੀਆਂ ਨੇ ਸੋ ਆਪਾਂ ਨੂੰ ਵੀ ਫਿਰ ਕਰਨਾ ਪਏਗਾ ਸਾਰਾ ਕੁਝ ਮੇਨ ਇਨਡਾਇਰੈਕਟਲੀ ਉਹਨੇ ਅਸੀਂ ਪੁੱਛ ਰਿਆਂ ਵੀ ਆਪਾਂ ਇਹ ਕਦੋਂ ਕੰਮ ਸ਼ੁਰੂ ਕਰਨਾ ਆ ਇਸ ਤਰੀਕੇ ਨਾਲ ਉਹ ਕਹਿੰਦਾ ਜਿਹੜਾ ਸਾਹਮਣੇ ਵਾਲਾ ਸੱਜਣ ਸੀਗਾ ਨਾ ਉਹਨੇ ਅਸੀਂ ਅੰਦਰ ਹੋਏ ਥੋੜੇ ਜਿਸ ਤਰੀਕੇ ਨਾਲ ਤੇ ਉਹਨੇ ਆਪਣਾ ਦਰਵਾਜ਼ਾ ਮੜ ਜਾਇ ਸਾਈਡ ਤੇ ਕੀਤਾ ਤੇ ਅੰਦਰੋਂ ਝਾੜੂ ਖਿੱਚ ਲਿਆ ਬਰੂਮ ਵਾਲਾ ਡੰਡਾ ਕਹਿੰਦਾ ਗੱਲ ਸੁਣੋ ਮੇਰੀ ਜਿਹਦੇ ਜਿਹਦੇ ਮਨ ਦੇ ਵਿੱਚ ਕੋਈ ਐਵੇਂ ਦਾ ਚਾਹ ਹੈ ਨਾ ਵੀ ਇੱਥੇ ਡਰਿੰਕ ਕਰਨੀ ਆ ਜਾਂ ਕੁਝ ਹੋਰ ਕਰਨਾ ਹੈਗਾ ਹੁਣੇ ਬਾਹਰ ਹੋ ਜਾਓ ਆਹ ਦਰਵਾਜ਼ਾ ਆ ਜੇ ਕੋਈ ਇੱਥੇ ਮਾੜਾ ਜਾਂ ਕਿਸੇ ਚੀਜ਼ ਨੂੰ ਮੂੰਹ ਲਾ ਕੇ ਵੀ ਅੰਦਰ ਆਇਆ ਤੇ ਖਬਰਦਾਰ ਕਹਿੰਦਾ ਸਾਰਾ ਹੀ ਚਾ ਲੈ ਗਿਆ ਆਏ ਹੋਏ ਕਿੱਥੇ ਮਰ ਗਿਆ ਕਿੱਥੇ ਫਸ ਗਿਆ ਇਹ ਤੇ ਘਰਦਿਆਂ ਤੋਂ ਵੀ ਔਖਾ ਕੰਮ ਹੋ ਗਿਆ ਸਰੂਪ ਦੇ ਵਿੱਚ ਕਹਿੰਦੇ ਖੈਰ ਆਪਣੀ ਜਾਚੇ ਜੀਵਨ ਨਿਕਲਿਆ ਉੱਥੋਂ ਕੈਨੇਡਾ ਆ ਗਏ ਇੱਥੇ ਆ ਕੇ ਪੱਕੇ ਪਰਿਵਾਰ ਸਭ ਚੀਜ਼ਾਂ ਨੇ ਕਹਿੰਦੇ ਹੁਣ ਚਿਤ ਕਰਦਾ ਕਦੀ ਉਹ ਸ਼ਖਸ ਮਿਲੇ ਤੇ ਜਾ ਕੇ ਪੈਰਾਂ ਦੇ ਮੱਥਾ ਟੇਕਾਂ ਭਲਿਆ ਬਚਾਇਆ ਤੁਸਾਂ ਨੂੰ ਉਸ ਸਮੇਂ ਬਚਾਇਆ ਜਦੋਂ ਸਭ ਤੋਂ ਵੱਧ ਹਾਲਤ ਸੀ ਸਾਡੀ ਨਿਗਰ ਜਾਣ ਦੀ ਡਿੱਗ ਜਾਣ ਦੀ ਇਹ ਸੰਗਤ ਹੈ ਜੀ ਸੰਗਤ ਇਸ ਰੂਪ ਵਿੱਚ ਹੁੰਦੀ ਹੈ ਜੇ ਕਿਤੇ ਕੋ ਫੁਰਨਾ ਫੁਰਿਆ ਆ ਇਸ ਪਾਸੇ ਨੂੰ ਜਾ ਕੇ ਮੈਂ ਕੋ ਨਸ਼ਾ ਕਰਾਂ ਕੋ ਵਕਾਰ ਭੋਗਾ ਤੇ ਦੂਸਰੇ ਸ਼ਖਸ ਨੇ ਆ ਕੇ ਬਾਹ ਫੜੀ ਤੇ ਉਹਨੇ ਕਿਹਾ ਖਬਰਦਾਰ ਇਸ ਪਾਸੇ ਨਹੀਂ ਜਾਣਾ ਮਹਾਰਾਜ ਬਿਆਨ ਕਰਦੇ ਗੁਰਸੰਤ ਸੰਗਤ ਮਿਲ ਗੁਣ ਰਵੇ ਕਿ ਤੇਹੋ ਜੀ ਸੰਗਤ ਚ ਕੋਈ ਆ ਜਾਏ ਤੇ ਉਸ ਨੂੰ ਗੁਣ ਰਵਣ ਦੀ ਗੁਣ ਕਮਾਉਣ ਦੀ ਜਾਂਚ ਆ ਜਾਏ ਅਗਲਾ ਬਚਰਾ ਹੈ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ ਵਿਵੇਕ ਬੁੱਧ ਵਿਚਾਰ ਵਿਵੇਕ ਇੱਕ ਐਸੀ ਸਾਡੇ ਅੰਦਰ ਪ੍ਰਵਿਰਤੀ ਜਿਹਨੂੰ ਕਹਿ ਲੋ ਕਿ ਰੌਸ਼ਨੀ ਜਿਵੇਂ ਹੁੰਦੀ ਹੈ ਜਿਵੇਂ ਦੀਵਾ ਹੁੰਦਾ ਉਹਨਾਂ ਦਾ ਕੰਮ ਕੀ ਹੈ ਦੀਵੇ ਦਾ ਕੰਮ ਹੁੰਦਾ ਹੈ ਵੀ ਦਿਖਾਣਾ ਕਿ ਕਿੱਥੇ ਉੱਚਾ ਹੈ ਕਿੱਥੇ ਨੀਵਾ ਹੈ ਕਿੱਥੇ ਸਮਾਨ ਪਿਆ ਆ ਦੀਵਾ ਬਲਿਆ ਹੋਏ ਤੇ ਬੰਦੇ ਨੂੰ ਠੋਕਰ ਨਹੀਂ ਲੱਗੇਗੀ ਬੰਦਾ ਕਿਸੇ ਸਮਾਨ ਚ ਬੰਪਪ ਨਹੀਂ ਹੋਏਗਾ ਕਿਉਂਕਿ ਉਹਨੂੰ ਪਤਾ ਵੀ ਕਿਸ ਤਰੀਕੇ ਨਾਲ ਤੁਰਨਾ ਦੀਵਾ ਨਾ ਹੋਏ ਹਨੇਰਾ ਹੋਏ ਤੇ ਕੀ ਹੋਏਗਾ ਕਿਤੇ ਠੋਕਰ ਲੱਗੇਗੀ ਕਿਤੇ ਗੋਡਾ ਵੱਜੇਗਾ ਕਿਤੇ ਸੱਟ ਲੱਗੇਗੀ ਇਸ ਰੂਪ ਦੇ ਵਿੱਚ ਵਿਵੇਕ ਇਹ ਕੰਮ ਕਰਦਾ ਤੇ ਸਾਡਾ ਮੋਸਟਲੀ ਵਿਵੇਕ ਕੰਮ ਕਰਦਾ کافی ਹੱਦ ਤੱਕ ਮੈਂ ਕਈ ਵਾਰੀ ਬਿਆਨ ਕਰਦਾ ਕਦੀ ਤੁਸੀਂ ਕੋਈ ਮਾਈ ਨਹੀਂ ਦੇਖੀ ਹੋਏਗੀ ਜਿਹੜੀ ਬਾਜ਼ਾਰ ਤੋਂ ਮਟਰ ਖਰੀਦ ਕੇ ਲਿਆਵੇ ਮਤਲਬ ਜਿਹੜੇ ਫਲੀਆਂ ਵਾਲੇ ਹੁੰਦੇ ਨੇ ਤੇ ਉਹਨੂੰ ਘਰੇ ਲਿਆ ਕੇ ਫਲੀਆਂ ਉਹਦੀਆਂ ਛਿੱਲੇ ਸ੍ਰੂਪ ਦੇ ਵਿੱਚ ਤੇ ਉਹਦੇ ਦਾਣੇ ਕੱਢ ਕੇ ਸਾਰੇ ਫਲੀਆਂ ਦੇ ਵਿੱਚੋਂ ਗਾਰਬਜ ਕਰਦੇ ਰੂੜੀ ਤੇ ਸੱਟਦੇ ਤੇ ਛਿੱਲਣਾ ਕੱਟ ਕੇ ਸਬਜ਼ੀ ਬਣਾ ਲਈ ਹੋਏ ਹੂੰ ਕਦੀ ਕੋਈ ਮਾਈ ਨਹੀਂ ਮਿਲੇਗੀ ਤੁਹਾਨੂੰ ਕਿਉਂ ਕਿ ਵਿਵੇਕ ਆ ਵਿਵੇਕ ਦੱਸਦਾ ਆ ਰੱਖਣ ਯੋਗ ਆ ਆ ਸੱਟਣ ਯੋਗ ਆ ਆ ਵਿਵੇਕ ਦਾ ਕੰਮ ਹੈ ਵਿਵੇਕ ਦਾ ਇੰਨਾ ਹੀ ਕੰਮ ਹੁੰਦਾ ਆ ਅਪਣਾਣ ਯੋਗ ਆ ਨਹੀਂ ਅਪਣਾਣ ਯੋਗ ਆ ਆ ਕਰਨ ਯੋਗ ਜਾਂ ਨਹੀਂ ਕਰਨ ਯੋਗ ਵਿਵੇਕ ਬਦਾਮ ਲਿਆਂਦੇ ਬਦਾਮਾਂ ਦੀਆਂ ਉੱਪਰ ਲੀਆਂ ਡਾਡੀਆਂ ਜਿਹੜੀਆਂ ਉਹਦੇ ਖਾਸ ਕਰਕੇ ਛਿਲਕਾ ਹੁੰਦੀਆਂ ਨੇ ਉਹ ਤੋੜ ਕੇ ਵਿੱਚੋਂ ਗਿਰੀਆਂ ਕੱਢ ਲਈਆਂ ਤੇ ਕੋਈ ਬੰਦਾ ਨਹੀਂਗਾ ਜਿੰਨੇ ਗਿਰੀਆਂ ਛੱਡ ਦਿੱਤੀਆਂ ਹੁਣ ਗਾਰਬੇਜ ਵਾਲੇ ਬਿੰਨ ਵਿੱਚ ਤੇ ਜਿਹੜੀਆਂ ਉਤਲੀਆਂ ਡਾਡੀਆਂ ਉਹਦੀਆਂ ਛਲਣਾ ਸੀਗੀਆਂ ਉਹ ਪੀ ਕੇ ਪੰਜੀਰੀ ਬਣਾ ਰਿਆ ਹੋਇਆ ਨੋਵਨ ਕੈਨੀ ਫਾਈਂਡ ਆਊਟ ਤੁਹਾਨੂੰ ਕੋਈ ਨਹੀਂ ਮਿਲੇਗਾ ਵਿਵੇਕ ਸੰਸਾਰਿਕ ਤੌਰ ਤੇ ਜਦੋਂ ਵਿਚਰਦੇ ਆ ਵਿਹਾਰਕ ਤੌਰ ਤੇ ਉਦੋਂ ਵਿਵੇਕ ਮਰ ਜਾਂਦਾ ਹੈ ਇਹ ਵਿਵੇਕ ਗੁਰ ਸ਼ਬਦ ਪ੍ਰਗਟ ਕਰਦਾ ਫਿਰ ਚੁਆਇਸਸ ਠੀਕ ਹੁੰਦੀ ਆ ਸਾਬ ਕਹਿੰਦੇ ਹੁਣ ਹੋਇਆ ਇਹ ਵਿਵੇਕ ਬੁੱਧ ਵਿਚਾਰ ਗੁਰਮੁਖ ਜਦੋਂ ਗੁਰੂ ਵੱਲ ਮੂੰਹ ਕੀਤਾ ਉਹਨੇ ਵਿਚਾਰ ਦੇ ਜ਼ਰੀਏ ਇਹ ਵਿਵੇਕ ਬੋਧਿਕਤਾ ਮੇਰੇ ਅੰਦਰ ਪ੍ਰਗਟ ਕਰ ਦਿੱਤੀ ਹੁਣ ਮੇਰੇ ਜੀਵਨ ਵਿਹਾਰ ਦੇ ਵਿੱਚ ਜਿਵੇਂ ਆਮ ਸੰਸਾਰਿਕ ਵਿਵੇਕ ਕੰਮ ਕਰਦਾ ਆ ਅਸੀਂ ਕਿਤੇ ਕੋਈ ਚੀਜ਼ ਖਰੀਦਣ ਲਈ ਜਾਈਏ ਚਾਰ ਸ਼ਾਪਸ ਤੇ ਜਾ ਕੇ ਬਾਰਗਨਿੰਗ ਕਰਦੇ ਆ ਵੇਖਦੇ ਆ ਇੰਨੇ ਡਾਲਰ ਖਰਤਨੇ ਆ ਵਰਥ ਹੋਣ ਗਿਆ ਚੀਜ਼ ਵਾਸਤੇ ਸਪੈਂਡ ਕਰਨ ਲਈ ਵਿਵੇਕ ਆ ਜ਼ਿੰਦਗੀ ਦੇ ਸਾਹ ਨੇ ਕਿ ਜ਼ਿੰਦਗੀ ਦੇ ਸਾਹ ਈਰਖਾ ਦਵੈਖ ਇਹੀ ਕਮਾਉਂਦਿਆਂ ਕੱਢ ਦੇਣੇ ਨੇ ਇੰਨੀ ਕੀਮਤੀ ਦੌਲਤ ਵਿਵੇਕ ਕੰਮ ਕਰਦਾ ਕਹਿੰਦਾ ਨਾ ਕਿਉਂ ਮੈਂ ਆਪਣੀ ਜ਼ਿੰਦਗੀ ਈਰਖਾ ਵਸ ਦਵੈਖ ਵਸ ਸਾੜੇ ਵਸ ਝਗੜੇ ਵਸ ਐਵੇਂ ਗਵਾ ਦਿਆਂ ਵਿਵੇਕ ਹੈ ਗੁਰਮੁਖ ਨੂੰ ਇਹ ਸਮਝ ਆ ਗਈ ਉਹਦਾ ਵਿਚਾਰ ਬਿਲਕੁਲ ਐਨ ਸਾਖਸ਼ਾ ਸਪਸ਼ਟ ਹੋ ਗਿਆ ਉਹਦੀ ਬਾਤ ਕੀਤੀ ਮਹਾਰਾਜ ਨੇ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿੰਖਿਨ ਹਰ ਨਿਤ ਚਵੇ ਖਿੰਖਿਨ ਹਰ ਨਿਤ ਚਵੇ ਇਹ ਨਹੀਂ ਕਿ ਕਿਤੇ ਐਕਸੀਡੈਂਟਲੀ ਅਸੀਂ ਕੋਈ ਚੰਗਾ ਕੰਮ ਇੱਕ ਅਦਾ ਕਰ ਦਿੰਨੇ ਆ ਕਿਤੇ ਕੋਈ ਹੁੰਦਾ ਕਿਤੇ ਭਲੇਖੇ ਦੇ ਚ ਕੋਈ ਇੱਕ ਦੀ ਬਾਤ ਚੰਗੀ ਹੋ ਜਾਂਦੀ ਆ ਆਦਰਵਾਇਜ਼ ਨਿਤ ਦਾ ਨੇਮ ਸਾਡਾ ਜਿਹੜਾ ਨਾ ਉਹ ਬਹੁਤ ਖਰਾਬ ਹੁੰਦਾ ਸੌਰੀ ਫਾਰ 댓 ਥੱਟ ਇਸ ਜ਼ਿੰਦਗੀ ਦੀ ਜਿਹੜੀ ਨਿਮਾਵਲੀ ਹੈ ਯੋਨਸੀ ਵੇਅ ਆਫ ਲਾਈਫ ਕਹਿੰਨੇ ਆ ਉਹ ਠੀਕ ਨਹੀਂ ਹੁੰਦੇ। ਬਾਬਾ ਜੀ ਕਹਿੰਦੇ ਗੁਰ ਸ਼ਬਦ ਦੀ ਮਦਦ ਨਾਲ ਵਿਵੇਕ ਬੁੱਧ ਲੈ ਕੇ ਖਿੰਨ ਖਿੰਨ ਹਰ ਨਿਤ ਚਵੇ ਇੱਕ ਇੱਕ ਪਲ ਖਿੰਨ ਖਿੰਨ ਨਿਤ ਚਵੇ ਹਰ ਸਮੇਂ ਰੂਟੀਨ ਦੇ ਵਿੱਚ ਇਹਨਾਂ ਗੁਣਾਂ ਨੂੰ ਰਵਣਾ ਇਹਨਾਂ ਗੁਣਾਂ ਨੂੰ ਚਬਣਾ ਹੈ ਇਹਨਾਂ ਨੂੰ ਹੀ ਅਪਣਾਉਣਾ ਹੈ। ਅਗਲਾ ਬਚਨ ਆ ਜਾਂ ਬਹੇ ਗੁਰਮੁਖ ਹਰਨਾਮ ਬੋਲੈ ਜਾਂ ਖੜਾ ਗੁਰਮੁਖ ਹਰ ਹਰ ਕਹਿਆ। ਜਿਦੋਂ ਸੀ ਕਹਿੰਦੇ ਆ ਬਹਿੰਦੇ ਆ ਉੱਠਦੇ ਆ ਹਰ ਨਾਮ ਜਪਣਾ। ਕਿਹਾ ਜੇ ਬੈੰਦੇ ਨੇ ਤਾਂ ਉਹ ਗੁਣ ਚਵਦੇ ਨੇ ਜੇ ਉੱਠਦੇ ਨੇ ਤਾਂ ਉਹ ਇੱਕ ਮੁਹਾਵਰਾ ਆ। ਜੀਵਨ ਆ ਇਹਦੇ 'ਚ ਤੁਰਦੇ ਆ ਵਿਚਰਦੇ ਆ ਫਿਰਦੇ ਆ ਹਰ ਰੂਪ ਦੇ ਵਿੱਚ। ਮਤਲਬ ਬੰਦਾ ਖਰੇ ਖਰੋਏ ਉਠਤ ਬੈਠਤ ਹਰ ਹਰ ਨਾਮ ਤੇ ਆਵੇगो। ਖਰਿਆਂ ਖਰੋਆਂ ਉੱਠਦੇ ਆ ਬੈੰਦੇ ਆ ਹਰੀ ਨਾਮ ਤੇ ਆਉਣਾ। ਇਹਦਾਂ ਇਸ ਇਸ ਤਰ੍ਹਾਂ ਵੀ ਜਾਣੋ ਮੈਂ ਕਿਤੇ ਬਸ ਮਾੜਾ ਜਿਹਾ ਦੋ ਪੱਲੇ ਵੀ ਕਿਤੇ ਕਿਸੇ ਨਾਲ ਗੱਲ ਕਰਾਂ ਤੇ ਉਹਦੇ ਵਿੱਚ ਵੀ ਗੁਣ ਹੋਵੇ ਕੋਈ ਮੇਰੇ ਨਾਲ ਦੋ ਪੱਲੇ ਵੀ ਆ ਕੇ ਸਾਂਝ ਪਾਵੇ ਉਹਦੇ ਵਿੱਚ ਵੀ ਗੁਣ ਹੋਵੇ ਗੁਣ ਦਾ ਵਰਤਾਰਾ ਕਰਨਾ ਸਨੇਹ ਦਾ ਆਪਣਤ ਦਾ ਪਿਆਰ ਦਾ ਇਹ ਇਹ ਇਨਸਾਨੀਅਤ ਆ ਬੰਦਾ ਜੇ ਇਸ ਸਾਰੇ ਦੇ ਵਿੱਚ ਆਪਣੇ ਵਿਵੇਕ ਨੂੰ ਮਾਰ ਦੇਗਾ ਅਲਟੀਮੇਟਲੀ ਉਹਦੀ ਨਿਤਾ ਪ੍ਰਤੀ ਦਿ ਜੀਵਨ યાਪਨ ਐਸੀ ਬਣੇਗੀ ਜਿੱਥੇ ਖਲੋਏਗਾ ਉੱਥੇ ਕਲੇਸ਼ ਜਿੱਥੇ ਬਹੇਗਾ ਉੱਥੇ ਝਗੜਾ ਲੋਕੀ ਕਈ ਵਾਰੀ ਕਹਿੰਦੇ ਨੇ ਉਹ ਫਲਾਣੇ ਨੂੰ ਆਪਣੇ ਕੋਲ ਨਾ ਬੈਣ ਦੇਈ ਉਦੇ ਘਰ ਨਾ ਬਈ ਜਾ ਕੇ ਉਹ ਐਸੀ ਬੈਠਕ ਬੈਠਾ ਹੀ ਉਹਦੀ ਕਿ ਉਹ ਨਾਸ ਹੀ ਹੋ ਗਿਆ ਉਹਦਾ ਆਇਆ ਕਿਸੇ ਦਾ ਖੜਨਾ ਕਿਸੇ ਦਾ ਬਹਿਣਾ ਤਬਾਹੀ ਹੈ ਕਿਸੇ ਦਾ ਖੜਨਾ ਕਿਸੇ ਦਾ ਬਹਿਣਾ ਜੀਵਨ ਦੀ ਉਸਾਰੀ ਹੈ ਗੁਰਮੁਖ ਹੋਣਾ ਤੋ ਉਹ ਜ਼ਿੰਦਗੀ ਦੇ ਵਿੱਚ ਇਸ ਰੂਪ ਵਿੱਚ ਉੱਠਣਾ ਬੈਠਣਾ ਤੇ ਖੜਨਾ ਸਿੱਖਣਾ ਹੈ ਜਿੱਥੇ ਬਹੇ ਉੱਠੇ ਖੜੇ ਉੱਥੇ ਬਸ ਗੋਣੀ ਰਵਣ ਕਰਦਾ ਲਗਾ ਜਾਏ ਗੋਣੀ ਗ੍ਰਹਿਣ ਕਰਦਾ ਲਗਾ ਜਾਏ ਗੋਣੀ ਵੰਡਦਾ ਲਗਾ ਜਾਏ ਆ ਜੀਵਨ ਹੋਏ ਇਸ ਕਿਸਮ ਦਾ ਬਚਨਿਆ ਜਾਂ ਬਹਿ ਗੁਰਮੁਖ ਹਰਨਾਮ ਬੋਲੇ ਜਾਂ ਖੜਾ ਹੈ ਗੁਰਮੁਖ ਹਰ ਹਰ ਕਹਿਆ ਤੂੰ ਸੁਆਮੀ ਅਗਮ ਅਥਾ ਤੂੰ ਘਟ ਘਟ ਪੂਰ ਰਹਾ ਬਾਕੀ ਹਾਂ ਵਾਹਿਗੁਰੂ ਜੀ ਤੁਸੀਂ ਅਗਮ ਅਥਾ ਹੋ ਪਰ ਘਟ ਘਟ ਪੂਰ ਰਹਾ ਹਰ ਹਿਰਦੇ ਚ ਤੁਸੀਂ ਵਸ ਰਹੇ ਹੋ ਬਹਿਰੂਨੀ ਤੌਰ ਤੇ ਪਕੜੇ ਚ ਨਹੀਂ ਆਉਂਦੇ ਪਰ ਜਿਸ ਨੂੰ ਕਿਤੇ ਬੰਦਾ ਸੁਰਤਿ ਆਪ ਵਾਹਿਗੁਰੂ ਸੁਰਤਿ ਆਪ ਕਰ ਦਿੰਦਾ ਆ ਉਹ ਯਕੀਨਨ ਤੌਰ ਤੇ ਉਸ ਵਾਹਿਗੁਰੂ ਨੂੰ ਅੰਗ ਸੰਗ ਵੇਖਦਾ ਸਭ ਵਿੱਚ ਵਸਿਆ ਹੋਇਆ ਵੇਖਦਾ ਹੈ ਸਾਹਿਬ ਮਹਿਰਮਤ ਕਰਨ ਇਹ ਆਲਮੀ ਅਲਾਹੀ ਅਗੰਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ ਇਹ ਦਿਲੀ ਦੁਆ ਅਰਦਾਸ ਆ ਇਨੀਆਂ ਕ ਬਿੰਤੀਆਂ ਨਾਲ ਖਿਮਾ ਚਾਹਾਂਗਾ ਆਉਂਦੇ ਕੱਲ ਸ਼ਾਇਦ ਹੁਣ ਗੈਰ ਹਾਜ਼ਰ ਹੁਵਾਂ ਮੈਂ ਇਸ ਕਰਕੇ ਮਾਫੀ ਚਾਹਾਂਗਾ ਆ ਸਵੀਰ ਦੇ ਦੀਵਾਨ ਦੇ ਵਿੱਚ ਸ਼ਾਮ ਨੂੰ ਯਕੀਨਨ ਤੌਰ ਤੇ ਕਥਾ ਮੁਸਲਸਲ ਚੱਲੇਗੀ ਆ ਇਨੀਆਂ ਕ ਬਿੰਤੀਆਂ ਨਾਲ ਇਸ ਮਾਪਨ ਕਰਦੇ ਆ ਭਾਈ ਸਾਹਿਬ ਸਮਾਪਤੀ ਕਰਾਉਂਦੇ ਨੇ ਮੈਨੂੰ ਇਜਾਜ਼ਤ ਦੇਣੀ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਣੀ ਗੁਰੂ